ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਅੱਜ ਸਾਡੇ ਹੇਮਕੁੰਟ ਸਾਹਿਬ ਯਾਤਰਾ ਦਾ ਦਿਨ ਆ ਹੀ ਗਿਆ ਹੈ ਅਤੇ ਅੱਜ ਅਸੀਂ ਹੇਮਕੁੰਟ ਸਾਹਿਬ ਯਾਤਰਾ ਲਈ ਜਾ ਰਹੇ ਹਾਂ। ਅੱਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਵੀ ਆ, ਸਾਡੇ ਗੁਰਦੁਆਰਾ ਸਾਹਿਬ ਵੀ ਨਗਰ ਕੀਰਤਨ ਨਿਕਲਣਾ ਹੈ, ਪਰ ਅਸੀਂ ਪਹਿਲੇ ਤਰੀਕ ਬੁੱਕ ਕੀਤੀ ਸੀ 10 ਤਰੀਕ ਦੇ ਜਾਣ ਦੀ, ਅਤੇ ਗੁਰਦੁਆਰਾ ਸਾਹਿਬ ਅਸੀਂ ਦਰਸ਼ਨ ਕਰਨ ਜਾ ਰਹੇ ਹਾਂ। ਅਤੇ ਬਾਕੀ ਤਿਆਰੀ ਹੋ ਗਈ ਹੈ ਸਾਰੀ ਸਾਡੀ, ਦਵਿੰਦਰ ਰੋਟੀਆਂ ਬਣਾ ਰਹੀ ਹੈ, ਲੰਗਰ ਪ੍ਰਸ਼ਾਦ ਤਿਆਰ ਕਰ ਰਹੀ ਹੈ ਸੰਗਤ ਜਾਣ ਵਾਸਤੇ। ਅਤੇ ਇੱਧਰ ਜੋਤ ਵੀ ਆ ਗਈ, ਚਲੋ ਗੁਰਦੁਆਰਾ ਮੱਥਾ ਟੇਕ ਆਈਏ, ਮੱਥਾ ਟੇਕ ਆਈ ਜੋਤ। ਦਰਸ਼ਨ ਕਰ ਰਹੇ ਆ ਤੇ ਹਲੇ ਮੰਮੀ ਰੋਟੀ ਬਣਾਉਂਦੇ ਪਏ ਆ, ਬਣਦੀ ਵੀ ਰੋਟੀ ਤੇ ਇੱਥੇ ਸਬਜ਼ੀ ਬਣ ਗਈ ਆ ਤੇ ਉੱਪਰ ਵੀ ਚਾਚੇ ਨੇ ਥੋੜੀ ਰੋਟੀ ਬਣਾ ਲਈ ਸੀਗੀ। ਆਹ ਤੇ ਫੋਨ ਦਵਾ ਲੱਗੀ, ਫੋਨ ਦੇਖਦੀ ਆ, ਫੋਨ ਦੇਖਦੀ ਜੋਤ, ਪਹਿਲੀ ਫੋਨ ਇੱਥੇ ਲੱਗ ਗਈ। ਆਹੋ ਚਲੋ ਹੁਣ ਆਪਾਂ ਰੋਟੀ ਥੱਲੇ ਲੈ ਕੇ ਇੱਕ ਡੱਬੇ ਵਿੱਚ ਰੱਖ ਲੈ। ਸਾਰੇ ਜਾਣੇ ਤਿਆਰ ਹੋ ਚੁੱਕੇ ਆ, ਚਲ ਗੱਡੀ ਵੀ ਬਾਹਰ ਆਉਣ ਲੱਗੀ ਆ। ਇਹਨੂੰ ਦੇਖ ਲਓ, ਆ ਜੋਤ ਵੀ ਤਿਆਰ ਹੋ ਗਈ ਆ, ਇਹਨੂੰ ਵੀ ਲੈ ਕੇ ਜਾਣਾ ਸੀ। ਇੱਥੇ ਕਹਿੰਦੇ ਹੈਲੋ ਹੈਲੋ ਕਿ ਮੈਂ ਵੀ ਜਾਣਾ ਗੱਡੀ 'ਚ, ਕਿ ਮੈਂ ਵੀ ਜਾਣਾ ਗੱਡੀ 'ਚ। ਸੋਣ ਚੱਲੇ ਸਾਰੇ ਜਾਣੇ, ਉੱਤੇ ਆ ਗਏ ਨੀਚੇ, ਪਾਪਾ ਵੀ ਮੰਮੀ ਵੀ ਤਿਆਰ ਹੋ ਚੁੱਕੇ ਆ, ਹੁਣ ਬਸ ਅਸੀਂ ਚੱਲੇ ਆ।
ਵੀ ਗੱਲਾਂ ਮਾਰਨ ਲੱਗੀ ਹੁਣ ਗੱਡੀ ਜਾ ਕੇ ਬਹੁਤ ਖੁਸ਼ ਸਾਰੀ ਤਿਆਰੀ ਹੋ ਚੁੱਕੀ ਆ ਟਾਈਮ 11:10 ਹੋ ਗਏ ਆ ਜੋਤ ਰੈਡੀ ਆ ਆਦੇ ਅੰਗਰੇਜ਼ਾਂ ਦੀ ਬਣੀ ਆ ਚਲੋ ਹੁਣ ਅਸੀਂ ਥੋੜੇ ਟਾਈਮ ਤੱਕ ਚੱਲੇ ਆ ਸਮਾਨ ਚੈੱਕ ਕਰਦੀ ਪਈ ਸਾਰਾ ਕੁਛ ਹੋ ਗਿਆ ਅਜੋਤ ਦਾ ਆਧਾਰ ਕਾਰਡ ਅਜੋਤ ਦਾ ਆਧਾਰ ਕਾਰਡ ਆਲਾ ਜੋਤ ਖਾਲਾ ਜੋਤ ਖਾਲਾ ਆ ਬੋਤਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਯਾਤਰਾ ਸ਼ੁਰੂ ਕਰਨ ਲੱਗੇ ਹਾਂ ਸ਼੍ਰੀ ਹੇਮਕੁੰਟ ਸਾਹਿਬ ਨੂੰ ਅਤੇ ਅੱਜ ਦਾ ਸਾਡਾ ਸਟੋਪ ਜਿਹੜਾ ਹੋਊਗਾ ਜੰਡਿਆਲੇ ਤੋਂ ਚੱਲ ਕੇ ਸ਼੍ਰੀ ਪਾਉਂਟਾ ਸਾਹਿਬ ਵਿਖੇ ਅੱਜ ਰੁਕਾਂਗੇ ਤਾਂ ਗਾਂਹ ਦਾ ਫਿਰ ਉੱਥੋਂ ਅਗਲੇ ਦਿਨ ਸਟਾਰਟ ਕਰਾਂਗੇ ਰਿਸ਼ੀਕੇਸ਼ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੈਂਪੂ ਟਰੈਵਲ ਕੰਪਲੈਕਸ ਵੱਲ ਆ ਗਈ ਆ ਸੋ ਹੁਣ ਅਸੀਂ ਉੱਥੇ ਚੱਲੇ ਮਗਰ ਆਉਂਦੇ ਪਏ ਆ ਤੇ ਮੈਂ ਤੁਰ ਗਈ ਆ ਉਹ ਦੇਖਣ ਨੂੰ ਉਦਮ ਉੱਥੇ ਖੜੇ ਆ ਹਾਂਜੀ ਤਿਆਰੀ ਆ ਜੀ ਮਿਲਦੇ ਆ ਜਲਦੀ ਚਲੋ ਚਲੋ ਸਵਾਰ ਰੱਖ ਲੈ ਰਹੀ ਆ ਹੈਲਪ ਕਰਦੇ ਆ ਸਾਰਾ ਸਮਾਨ ਹੁਣ ਰੱਖ ਚੁੱਕੇ ਆ ਬਾਏ ਚਲੋ ਹੁਣ ਅਸੀਂ ਚੱਲੇ ਆ ਸਗਾਈ ਤੁਹਾਨੂੰ ਅਸੀਂ ਤੁਰ ਪਏ ਆ ਗੋਲੀ ਕਿੱਥੇ ਜੀ ਪੰਜਾਬ
ਮੈਂ ਕੁਝ ਕਰਦਾ ਨਹੀਂ, ਮੇਰੀ ਗੱਲ ਤੇ ਪਹਿਲਾਂ ਮੈਂ ਕੁਝ ਕਰਦਾ ਨਹੀਂ। ਅੱਛਾ ਅੱਧ ਲੈ ਵੀ ਕਰਾ, ਭੁੱਖ ਨਹੀਂ ਲੱਗਦੀ, ਮੈਂ ਗੋਲੀ ਖਾਲੀ ਖਾਲੀ ਪੇਟ ਉਦਾਂ ਹੀ। ਅੱਛਾ ਕੱਲੀ ਸੀਗੀ ਨਿੰਨੀ ਕਰਕੇ ਉੱਥੇ ਬੁੱਝ ਬੁੱਝ ਰੋਟੀ ਖਾਣ ਲੱਗੇ ਆ। ਖੁਸ਼ ਆ ਜਿਹੜਾ ਖੁਸ਼ ਹੁੰਦੇ ਨਹੀਂ ਪੁੱਛ ਲਾਉਂਦੇ ਹੁੰਦੇ ਗਲਾਸੀਆਂ ਕੱਟੋ। ਜੋਤ ਜਾਗ ਪਈ ਹੁਣ, ਇਹ ਜਾਗ ਪਈ ਟਿੱਡੀ ਜੀ ਹੈ। ਬਸ ਹੁਣ ਥੋੜੇ ਟਾਈਮ ਤੱਕ ਪਹੁੰਚਣ ਲੱਗੇ ਆਪਾਂ ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ। ਉਹ ਪਾਣੀ ਭਰਨ ਲੱਗੇ ਮਿਲਦਾ ਉਹਦੇ ਮੂੰਹ ਜੋ ਫਿਰੋਜ਼ਪੁਰ ਜਾਂਦੇ ਆਪਾਂ।
ਸਿੰਘ ਜੀ, ਹੁਣ ਅਸੀਂ ਗੁਰਦੁਆਰਾ ਬੋਟਾ ਸਾਹਿਬ ਪਹੁੰਚ ਗਏ ਹਾਂ ਬਾਬਾ ਜੀਤ ਸਿੰਘ ਦੇ ਜਨਮ ਸਥਾਨ 'ਤੇ, ਅਤੇ ਅੱਜ ਅਸੀਂ ਰਾਤ ਉੱਥੇ ਰਵਾਂਗੇ ਅਤੇ ਸਵੇਰ ਨੂੰ ਅਸੀਂ ਰਿਸ਼ੀਕੇਸ਼ ਦੇ ਵਿੱਚ ਚੱਲੇ ਪਾ ਕੇ ਉੱਧਰ ਅੱਗੇ ਭੋਗ ਦਾ ਬਣ ਜਾਂਦਾ। ਇਸ ਟਾਈਮ 9 ਵੱਜ ਚੁੱਕੇ ਆ, ਸੋ ਹੁਣ ਅਸੀਂ ਪਹੁੰਚ ਗਏ ਇੱਥੇ, ਅਸੀਂ ਕਮਰਾ ਬੁੱਕ ਕਰਵਾਇਆ ਆ ਗੁਰੂ ਗੋਬਿੰਦ ਸਿੰਘ ਕੰਪਲੈਕਸ, ਅਤੇ ਫਿਰ ਪਹਿਲਾਂ ਇੱਥੇ ਆਪਾਂ ਸਮਾਨ ਵਗੈਰਾ ਸਾਰਾ ਕੁਛ ਰੱਖਾਂਗੇ, ਫਿਰ ਅਸੀਂ ਗੁਰਦੁਆਰਾ ਪਾਉਂਟਾ ਸਾਹਿਬ ਦੇ ਅੰਦਰ ਜਾ ਕੇ ਦਰਸ਼ਨ ਕਰਾਂਗੇ। ਗਾਇਜ਼ ਇੱਧਰ ਹੈਗੇ ਦਫ਼ਤਰ ਰਿਹਾਸ਼, ਇੱਥੇ ਬੁੱਕ ਕਰਕੇ ਫਿਰ ਇੱਥੇ ਉੱਪਰ ਉੱਪਰ ਉਹ ਸਾਰੇ ਕਮਰੇ ਹੀ ਆ। ਚਲੋ ਜੋਤ, ਵਾਹਿਗੁਰੂ ਆ ਗਈ ਜੀ, ਹੈਂ ਚਲੋ ਫਿਰ ਆ ਜਾਓ। ਸਾਡੇ 9 ਵੱਜ ਚੁੱਕੇ ਆ, ਸੋ ਹੁਣ ਅਸੀਂ ਚੱਲੇ ਆ ਗੁਰਦੁਆਰਾ ਸਾਹਿਬ ਦਰਸ਼ਨ ਕਰਨ, ਤੇ ਤੁਹਾਨੂੰ ਵੀ ਬਲੌਗ ਵਿੱਚ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ। ਟੋਟਲੀ ਬੈਗ ਲੈਂਦੇ ਪੈਣਾ, ਜਦੋਂ ਪਹਾੜੀ ਚੜ੍ਹਨਾ ਹਰ ਡਰੀ ਜਾਂਦੀ ਹੈ। ਚੱਲ ਪਾ ਖੁੱਲੀ ਦੇਖੀ ਸੀਗੀ ਤੇ ਉਹ ਡਰਦੀ ਪਈ ਆ, ਉਦੋਂ ਵੈਸੇ ਵੇ ਨਾਪਦੇ ਨੀ, ਫਿਰ ਅੱਗੇ ਜਾ ਕੇ ਦੇਖਾਂਗੇ। ਹੁਣ ਆਪਾਂ ਸਿੱਧਾ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਜਾਵਾਂਗੇ। ਗੁਰਦੁਆਰਾ ਸਾਹਿਬ ਪਹੁੰਚ ਗਏ ਆ, ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਪਾਤਸ਼ਾਹ ਦਸਮੀ।
ਵੱਜ ਗਏ ਆ, ਸਾਨੂੰ ਅਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਵਾਤੇ ਆ ਅਤੇ ਹੁਣੇ ਅਸੀਂ ਲੰਗਰ ਛੱਕ ਕੇ ਆਏ ਹਾਂ। ਸੋ ਹਾਲੇ ਅਸੀਂ ਇੱਥੇ ਬਾਹਰ ਹੀ ਆ। ਬਹੁਤ ਸੋਹਣਾ ਗੁਰਦੁਆਰਾ ਸਾਹਿਬ ਆ, ਤੁਸੀਂ ਵੀ ਇੱਥੇ ਜ਼ਰੂਰ ਦਰਸ਼ਨ ਕਰਨ ਆਇਓ। ਬਹੁਤ ਸੰਗਤ ਆਉਂਦੀ ਹੈ ਇੱਥੇ। ਆਪਾਂ ਇੱਧਰਲੀ ਸਾਈਡ ਸੀਗੇ, ਹੁਣ ਆਪਾਂ ਇੱਧਰਲੀ ਸਾਈਡ ਆ ਗਏ ਹਾਂ। ਦੇਖ ਜੰਮੂ ਕੀ ਹੈ, ਜੰਮੂਨਾ ਜੰਮੂਨਾ। ਬਾਏ ਗਾਈਸ, ਹਨੇਰਾ ਇੱਥੇ ਦਿਸਣਾ ਨਹੀਂ, ਪਰ ਉੱਦਾਂ ਸਾਰੇ ਜਮੁਨਾ ਜੋ ਨਦੀ ਆ ਸੋਹਣਾ, ਇੱਥੇ ਸਾਰਾ ਗੋਲ ਰਾਊਂਡ ਘੁੰਮ ਕੇ ਉੱਧਰੋਂ ਦੀ ਫੇਰ ਜਿੱਥੇ ਪਹਿਲਾਂ ਸੀ ਉੱਥੇ ਜਾਵਾਂਗੇ। ਨੂੰ ਨੂੰ ਅੰਬੀ ਦੇ ਸੀ ਜਾਂਦੇ ਹਰੇਕ ਪਾਸੇ, ਆਹ ਇੱਥੇ ਫੇਰ ਲੱਗੇ। ਅਸੀਂ ਫਿਰ ਇੱਥੇ ਜੋੜਾ ਘਰ ਵਿੱਚ ਪਹੁੰਚ ਗਏ, ਜਿੱਥੋਂ ਕਿ ਆਪਣੇ ਆਪਣੇ ਫਿਰ ਜੋੜਾ ਪਾ ਕੇ ਕਮਰੇ ਵੱਲ ਜਾਵਾਂਗੇ। ਹੁਣ ਅਸੀਂ ਗੁਰਦੁਆਰਾ ਸਾਹਿਬ ਦਰਸ਼ਨ ਕਰਾਏ ਆ ਅਤੇ ਇੱਥੇ ਅਸੀਂ ਇੱਥੇ ਰੂਮ ਲਏ ਸੀਗਾ, ਹੁਣ ਫਿਰ ਅਸੀਂ ਉੱਥੇ ਚੱਲੇ ਹਾਂ। ਸੋ ਗਾਇਸ, ਸਾਨੂੰ ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਦੇ ਦਰਸ਼ਨ ਕਰਵਾਤੇ ਆ, ਹੁਣ ਅਸੀਂ ਆਪਣੇ ਕਮਰੇ 'ਚ ਆ ਕੇ, ਟਾਈਮ 11:30 ਹੋ ਚੱਲੇ ਆ। ਸੋ ਆਥੋਂ ਦੇ ਦਰਸ਼ਨ ਕਰਵਾਏ ਸੀਗੇ ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ। ਕੱਲ੍ਹ ਆਪਾਂ ਇੱਥੋਂ ਤੁਰ ਕੇ, ਕੱਲ੍ਹ ਆਪਾਂ ਇੱਥੋਂ ਰਵਾਨਾ ਹੋ ਕੇ ਜਾਵਾਂਗੇ ਰਿਸ਼ੀਕੇਸ਼। ਰਿਸ਼ੀਕੇਸ਼ ਤੋਂ ਬਾਅਦ ਪਹੁੰਚਾਂਗੇ ਆਪਾਂ ਗੋਬਿੰਦ ਘਾਟ, ਅਤੇ ਤੁਸੀਂ ਨੈਕਸਟ ਪਾਰਟ ਨਾਲ ਬਣੇ ਰਹੋ। ਆਪਾਂ ਮਿਲਦੇ ਹਾਂ ਨੈਕਸਟ ਵਲੌਗ 'ਚ। ਓਕੇ ਗਾਈਸ, ਬਾਏ।